ਹੋਰ ਵੀਰ ਜੀ ਕੀ ਹਾਲ ਚਾਲ ਹੈ? ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਇਹ ਪੂਰੀ ਮਾਰਕੀਟ ਹੈਗੀ ਹੈ, ਇੱਥੇ ਅਸੀਂ ਘੁੰਮਦੇ ਪਏ ਸੀ ਹੁਣੇ, ਅਤੇ ਇਹ ਤੁਹਾਨੂੰ ਦੱਸ ਰਿਹਾ ਸੀ, ਇਹ ਮੇਰੇ ਪਿੱਛੇ ਇਹ ਸਰਾਏ ਹੈਗੀ ਹੈ, ਸਾਰਾਗੜੀ ਦੀ ਸਰਾਏ, ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਹੈ ਉਹਦੇ ਡਿਸਕ੍ਰਿਪਸ਼ਨ ਬੋਕਸ 'ਚ ਮੈਂ ਪੂਰਾ ਪਾਤਾ ਕਿ ਕਿੱਦਾਂ ਤੁਸੀਂ ਬੁਕਿੰਗ ਕਰਾਉਣੀ ਹੈ, ਉੱਥੇ ਬੁਕਿੰਗ ਕਰਾ ਸਕਦੇ ਹੋ। 1100 ਰੁਪਏ ਰੈਂਟ ਹੈਗਾ ਇਹਦਾ, ਅਤੇ ਤੁਸੀਂ ਇੱਕ ਦਿਨ ਆਰਾਮ ਨਾਲ 2 ਦਿਨ ਮੈਕਸੀਮਮ ਰਹਿ ਸਕਦੇ ਹੋ ਇਹਦੇ 'ਚ, ਅਤੇ ਬੁਕਿੰਗ ਕਰਾ ਕੇ ਹੀ ਆਉਣਾ ਜੀ। ਬੁਕਿੰਗ ਬਿਨਾਂ ਵਿਦਾਊਟ ਬੁਕਿੰਗ ਕੁਛ ਨਹੀਂ ਕਰਨੇ, ਵਿਦਾਊਟ ਬੁਕਿੰਗ ਤੁਹਾਨੂੰ ਰੂਮ ਨਹੀਂ ਦੇਣੇ। ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੈ, ਅਤੇ ਆਈਕਨ ਬਣਾਇਆ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ, ਇਹਦੇ ਠੀਕ ਸਾਹਮਣੇ ਹੈ ਸਾਰਾਗੜੀ ਦੀ ਨਿਵਾਸ ਸਥਾਨ ਹੈ ਜੀ। ਅਤੇ ਇਹ ਪੂਰੀ ਮਾਰਕੀਟ ਤੁਸੀਂ ਦੇਖ ਸਕਦੇ ਹੋ, ਬਹੁਤ ਵਧੀਆ ਮਾਰਕੀਟ ਬਣਾਈ ਹੋਈ ਹੈ ਇਹਨਾਂ ਨੇ। ਇਹ ਦੇਖੋ ਜੀ, ਦਰਬਾਰ ਸਾਹਿਬ ਦੇ ਠੀਕ ਸਾਹਮਣੇ ਖੜ੍ਹੇ ਹਾਂ ਅਸੀਂ। ਇਹਦੀ ਮਾਰਕੀਟ ਦੀ ਖਾਸ ਗੱਲ ਇਹ ਹੈ ਜੀ, ਇੱਥੇ ਸਾਰੇ ਬ੍ਰਾਂਡ ਮਿਲਣਗੇ ਤੁਹਾਨੂੰ, ਅਤੇ ਇਹਦੇ ਨਾਲ ਨਾਲ ਤੁਹਾਨੂੰ ਇੱਥੇ ਕੋਈ ਟ੍ਰੈਫਿਕ ਨਹੀਂ ਹੈ, ਸਾਰਾ ਟ੍ਰੈਫਿਕ ਬੈਨ ਕੀਤਾ ਹੋਇਆ ਇਹਨਾਂ ਨੇ, ਆਊਟਸਾਈਡ ਸਾਰਾ ਬੈਨ ਕਰਤਾ, ਉੱਥੇ ਇੱਧਰ ਵੀ ਸਾਰਾ ਬੈਨ ਕਰਤਾ। ਮਾਰਕੀਟ ਪੂਰੀ ਇੰਜੋਏ ਕਰ ਸਕਦੇ ਹੋ, ਇਸ ਵੇਲੇ ਟਾਈਮ ਹੋ ਰਿਹਾ ਰਾਤ ਦੇ 11:30 ਨੇ, ਅਤੇ ਤੁਹਾਨੂੰ ਇੱਦਾਂ ਨਹੀਂ ਲੱਗ ਸਕਦਾ ਕਿ ਬਹੁਤ ਰਾਤ ਹੋ ਗਈ ਹੈ, ਤੁਸੀਂ ਆਰਾਮ ਨਾਲ ਇੱਥੇ ਘੁੰਮ ਫਿਰ ਸਕਦੇ ਹੋ, ਪੂਰੀ ਰਾਤ ਇੱਥੇ ਮਾਰਕੀਟ ਆਨ ਰਹਿੰਦੀ ਹੈ, ਤੁਸੀਂ ਆਰਾਮ ਨਾਲ ਇੰਜੋਏ ਕਰ ਸਕਦੇ ਹੋ। ਸਭ ਇਹ ਸਾਰਾ ਦੀ ਸਭ ਤੋਂ ਵਧੀਆ ਗੱਲ ਹੈ, ਸਭ ਤੋਂ ਨੇੜੇ ਹੈਗਾ, ਨੇੜੇ ਹੋਣ ਦੇ ਕਰਕੇ ਤੁਸੀਂ ਪੂਰੀ ਮਾਰਕੀਟ ਇੰਜੋਏ ਕਰ ਸਕਦੇ ਹੋ, ਫਿਰ ਤੁਸੀਂ ਦਰਬਾਰ ਸਾਹਿਬ ਜਾ ਸਕਦੇ ਹੋ।